नगर कौंसल का सर लगभग जोड़ा है जी 5 करोड़ का साढ़े को बकाया है जी साढ़े डिपार्टमेंट वाल तो इन्हों की कुछ असेंशियल सर्विस ना कट के असं जे है जी इन्हों का मेन ऑफिस का कनैक्शन अच्छ कट्ट सू हिदायत दिखाई गई जी अफसर वालों तो अच्छ दोपहरे कह लो लगभग 12 बजे अस कनैक्शन कट्टे जी। शहर वासियों नूं सहूलतां दे लई सरकार वल्लों बणाए गए नगर कौंसल दफ्तर खुद आर्थिक तंगी नाल जूझ रहे ने। जी हाँ, रूपनगर नगर कौंसल आर्थिक तौर ते कमजोर होण करके पिछले कई सालां तों बिजली दे बिल नहीं दे पाई, जिसके चलते पावरकॉम वल्लों अज दफ्तर दा बिजली दा कनैक्शन कट दिता गया है। इस मामले च जेई रवि कुमार ने कहा है कि पिछले कई सालां तों बिजली दा बिल 5 करोड़ रुपए बकाया खड़ा है, जिसके चलते उन्होंने उच्च अधिकारियों के आदेशों तो बाद नगर कौंसल दफ्तर के बिजली कनैक्शनों नूं कट दिता है। जी सर, नगर कौंसल का कनैक्शन कट्टा गया की मामला कितना बकाया सीगा जी जिहड़ा कट्टा गया? नगर कौंसल का सर लगभग जिहड़ा है जी 5 करोड़ का साढ़े को बकाया है जी साढ़े डिपार्टमेंट वाल तो इन्हों की कुछ असेंशियल सर्विस ना कट के असं जे है जी इन्हों का मेन ऑफिस का कनैक्शन अच्छ कट्ट सू हिदायत दिखाई गई जी अफसर वालों तो अच्छ दोपहरे कह लो लगभग 12 बजे अस कनैक्शन कट्टे जी। ਕਿੰਨਾ ਕੁ ਦੇਰ ਦਾ ਬਕਾਇਆ ਖੜਾ ਨਾ ਜੀ? ਇਹ ਸਰ ਇਹਨਾਂ ਦਾ ਕਹਿ ਲਓ ਪਿਛਲਾ ਸਾਰਾ ਹੀ ਮਿਲਾ ਕੇ ਜਿਹੜਾ ਹੈ ਉਹ ਤਾਂ ਡਿਟੇਲ ਜ਼ਿਆਦਾ ਕਲੀਅਰ ਮੇਰੇ ਕੋਲ ਇਸ ਟਾਈਮ ਨਹੀਂ ਹੈ ਜੀ ਅਤੇ ਦਫ਼ਤਰ ਕੋਲ ਹੈਗੀ ਹੈ, ਮਗਰ ਜਿਹੜਾ ਪੁਰਾਣਾ ਸਾਰਾ ਬਕਾਇਆ ਮਿਲਾ ਕੇ ਇਹਨਾਂ ਦਾ ਹੁਣ ਤੱਕ ਦਾ ਲਗਭਗ 5 ਕਰੋੜ ਹੈ। ਪਿੱਛੇ ਇਹਨਾਂ ਨੇ ਅਪ੍ਰੈਲ ਮਈ ਦੇ ਟਾਈਮ ਕੁਛ ਉਹ ਜਮ੍ਹਾਂ ਕਰਾਈ ਰਕਮ ਜਿਹੜੀ ਉਹ ਵੀ ਪਾਰਸ਼ਲੀ ਹੋਈ ਹੈ ਜੀ, ਪੂਰੀ ਨਹੀਂ ਅਮਾਊਂਟ ਹੋਈ। ਅਤੇ ਹੁਣ ਦੁਬਾਰਾ ਕਨੈਕਸ਼ਨ ਜੁੜਾਉਣ ਵਾਸਤੇ ਉਹਨਾਂ ਨੂੰ ਕਿੰਨੀ ਜਿਹੜੀ ਹੈਗੀ ਰਕਮ ਜਮ੍ਹਾਂ ਕਰਾਉਣੀ ਪਊਗੀ? ਇਹ ਸਰ ਜਿਹੜੀ ਅਫਸਰਾਂ ਵੱਲੋਂ ਇਹਨਾਂ ਨੂੰ ਕਹਿ ਲਓ ਹਦਾਇਤ ਦਿੱਤੀ ਜਾਏਗੀ, ਜੋ ਕੋਈ ਪਾਰਸ਼ਲ ਹੋਏਗੀ ਜਾਂ ਕੁਛ ਜਿਹੜਾ ਵੀ ਇਹਨਾਂ ਦਾ ਡਿਸਪਿਊਟ ਸੈਟਲ ਹੋਏਗਾ ਜੀ ਅਫਸਰਾਂ ਵੱਲੋਂ, ਜੋ ਸਾਨੂੰ ਹਦਾਇਤ ਦਿੱਤੀ ਜਾਏਗੀ ਅਸੀਂ ਉਸ ਹਿਸਾਬ ਨਾਲ ਕਨੈਕਸ਼ਨ ਜੋੜ ਦਾਂਗੇ ਜੀ। ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੇ ਦੂਜਾ ਸਫਾਈ ਸੇਵਕ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਚੱਲਦੇ ਨਗਰ ਕੌਂਸਲ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਖਿਲਾਫ ਨਗਰ ਕੌਂਸਲ ਦੇ ਕਰੋੜਾਂ ਰੁਪਏ ਦੇ ਹਾਊਸ ਟੈਕਸ ਦੇ ਬਕਾਏ ਖੜੇ ਨੇ, ਜੋ ਅਜੇ ਤੱਕ ਅਦਾ ਨਹੀਂ ਕੀਤੇ ਜਾ ਰਹੇ। ਇਹ ਸਭ ਬਿਜਲੀ ਬੋਰਡ ਵੱਲੋਂ ਜਿਹੜਾ ਹੈਗਾ ਬਕਾਇਆ ਨਾ ਜਮ੍ਹਾਂ ਹੋਣ ਤੇ ਨਗਰ ਕੌਂਸਲ ਦਾ ਕਨੈਕਸ਼ਨ ਕੱਟਿਆ ਗਿਆ, ਕੀ ਮਾਮਲਾ ਸਾਰਾ, ਕਿੰਨਾ ਕੁ ਬਕਾਇਆ ਸੀਗਾ ਜੀ? ਦੇਖੀ ਮਾਮਲਾ ਤਾਂ ਬਕਾਇਆ ਦਾ, ਜਿਸ ਤਰ੍ਹਾਂ ਉਹਨਾਂ ਨੂੰ ਵੀ ਆਪਣੇ ਮਹਿਕਮੇ ਵੱਲੋਂ ਵਾਰ ਵਾਰ ਇੰਸਟਰਕਸ਼ਨਾਂ ਆਉਂਦੀਆਂ, ਠੀਕ ਹੈ, ਉਹਨਾਂ ਨੇ ਇਸ ਕਰਕੇ ਇਹ ਕਾਰਵਾਈ ਕੀਤੀ ਹੈ। ਪਰ ਸਾਡਾ ਜਿਹੜਾ ਬਕਾਇਆ ਹੈ ਨਾ, ਪਿਛਲੇ ਕਾਫੀ ਸਮੇਂ ਤੋਂ ਖੜ੍ਹਾ ਹੈਗਾ, ਅਤੇ ਉਹਦੇ ਕਰਕੇ ਵੀ ਸਾਨੂੰ ਨਗਰ ਕੌਂਸਲ ਦੀ ਵੀ ਥੋੜ੍ਹੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਥੋੜ੍ਹੀ ਇਹਦੀ ਇਕੱਠੀ ਅਦਾਇਗੀ ਕਰਨ 'ਚ ਦਿੱਕਤ ਆ ਰਹੀ ਹੈ, ਕਿਉਂਕਿ ਜਦੋਂ ਤੋਂ ਮੈਂ ਆਇਆ ਅਤੇ ਲਗਭਗ ਅਤੇ ਅਕਾਊਂਟ ਆਪਣੇ ਅਕਾਊਂਟੈਂਟ ਸਾਹਿਬ ਦੇ ਨਾਲ ਆਪਾਂ ਤਾਲਮੇਲ ਕਰਕੇ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਕਰੀਏ। ਹੁਣ ਵੀ ਅਸੀਂ ਲਾਸਟ ਮੰਥ 17-5 ਨੂੰ ਲਗਭਗ 33,20,000 ਰੁਪਏ ਜਮ੍ਹਾਂ ਕਰਵਾਇਆ ਸੀਗਾ, ਅਤੇ ਹੁਣ 17 ਨੂੰ ਅਸੀਂ 33,20,000 ਜਮ੍ਹਾਂ ਕਰਵਾਇਆ ਸੀ, 18 ਤਰੀਕ ਨੂੰ ਮੇਰੇ ਦਫ਼ਤਰ 'ਚ ਹੜਤਾਲ ਹੋ ਗਈ। ਹੜਤਾਲ ਲਗਾਤਾਰ ਚੱਲੀ ਜਾਂਦੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਹੜਤਾਲ ਕਰਕੇ ਦਫ਼ਤਰ ਦੇ ਵਿੱਚ ਜਿਹੜੀ ਇਨਕਮ ਸੋਰਸ ਹੈ ਬਿਲਕੁਲ ਹੀ ਬੰਦ ਹੋ ਗਿਆ, ਚਾਹੇ ਉਹ ਟੈਕਸ ਦਾ ਸੀ, ਚਾਹੇ ਬਰਥਫਲਾਈ ਸੀਵਰੇਜ ਦਾ ਸੀ, ਚਾਹੇ ਅਦਰ ਚਾਰਜਿਸ ਸੀਗੇ, ਇਨਕਮ ਸੋਰਸ ਬਿਲਕੁਲ ਹੀ ਬੰਦ ਹੋ ਗਿਆ, ਜਿਸ ਕਰਕੇ ਸਾਨੂੰ ਤਨਖਾਹ ਦਾ ਵੀ ਅਤੇ ਨਾਲ ਲੱਗਦੀ ਸਾਨੂੰ ਇਹ ਜਿਹੜੀਆਂ ਬਿਜਲੀ ਬੋਰਡ ਦੀਆਂ ਲੈ ਲਓ ਜਾਂ ਹੋਰ ਦੇਣਦਾਰੀਆਂ, ਉਹਨਾਂ 'ਚ ਵੀ ਮੁਸ਼ਕਲ ਪੇਸ਼ ਹੋ ਗਈ। ਅਗਰ ਇਹ ਚੀਜ਼ ਨਾ ਹੁੰਦੀ ਤਾਂ ਅਸੀਂ ਹੋ ਸਕਦਾ ਬਿਜਲੀ ਬੋਰਡ ਨੂੰ ਇਸ ਤੋਂ ਪਹਿਲਾਂ ਹੀ 25-30 ਲੱਖ ਰੁਪਏ ਦੀ ਅਦਾਇਗੀ ਹੋਰ ਕਰ ਦਿੰਦੇ। ਜਿਹੜਾ ਨੋਟਿਸ ਦਿੱਤਾ ਗਿਆ ਕਨੈਕਸ਼ਨ ਕੱਟਣ ਸਮੇਂ, ਉਹ ਕਿੰਨਾ ਬਕਾਇਆ ਕੁੱਲ ਜਿਹੜਾ ਹੈਗਾ? ਨਹੀਂ, ਨੋਟਿਸ ਸਾਨੂੰ ਕੁਛ ਨਹੀਂ ਮਿਲਿਆ, ਹਾਂਜੀ, ਅਜੇ ਤੱਕ ਕੋਈ ਨੋਟਿਸ ਨਹੀਂ ਆਇਆ। ਲਗਭਗ ਕਿੰਨਾ ਬਕਾਇਆ ਖੜਾ ਜੀ ਤੁਹਾਡੇ ਕੋਲ? ਨੀਅਰ ਅਬਾਊਟ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇਹ 4 ਤੋਂ 4.5 ਕਰੋੜ ਹੋ ਸਕਦਾ, ਹਾਂਜੀ, ਕਿਉਂਕਿ ਉਹਨਾਂ ਦੀ ਐਗਜੈਕਟ ਫਿਗਰ ਨਹੀਂ ਹੈ, ਪਾਰਟ ਪੇਮੈਂਟ ਜਮ੍ਹਾਂ ਹੁੰਦੀ ਹੈ ਇਸ ਕਰਕੇ ਜੀ। ਅਤੇ ਸਰ ਗਰਮੀ ਦਾ ਟਾਈਮ ਆ ਬੜਾ, ਜਿਹੜੀ ਬਹੁਤ ਜ਼ਿਆਦਾ ਗਰਮੀ ਹੈ, ਜਿਹੇ ਦੇ ਵਿੱਚ ਜੇ ਕਨੈਕਸ਼ਨ ਦੁਆਰਾ ਨਹੀਂ ਲੱਗਦਾ ਫਿਰ ਕਿਸ ਤਰ੍ਹਾਂ ਚੱਲੂਗਾ ਸਾਰਾ ਸਿਸਟਮ ਤੁਹਾਡਾ? ਨਹੀਂ ਨਹੀਂ, ਅਸੀਂ ਵਿਚਾਰ ਮੇਰੀ ਡਿਪਾਰਟਮੈਂਟ ਟੂ ਡਿਪਾਰਟਮੈਂਟ ਗੱਲ ਹੋਈ ਹੈ, ਹੁਣ ਐਕਸਚੇਂਜ ਦੇ ਨਾਲ ਵੀ ਉਹਨਾਂ ਦੇ ਐਸੀ ਨਾਲ ਵੀ ਗੱਲ ਹੋਈ ਹੈ, ਉਹ ਐਜ ਪਰ ਦੇਖੋ ਜਿਸ ਤਰ੍ਹਾਂ ਉਹਨਾਂ ਦੇ ਹਾਇਰ ਅਥਾਰਟੀ ਦੇ ਡਾਇਰੈਕਸ਼ਨ ਹੈ, ਉਹਨਾਂ ਦਾ ਵੀ ਗੱਲ ਠੀਕ ਹੈ, ਰਿਕਵਰੀ ਹਰ ਇੱਕ ਮਹਿਕਮੇ ਨੇ ਕਰਨੀ, ਅਸੀਂ ਵੀ ਆਪਣੇ ਡਿਫਾਲਟਰ ਤੋਂ ਰਿਕਵਰੀ ਕਰਦੇ ਹਾਂ, ਉਹਨਾਂ ਨੇ ਸਿਮਿਲਰ ਐਕਸ਼ਨ ਉਹਨਾਂ ਨੇ ਲੈਣਾ। ਬਟ ਸਾਡੀ ਪੋਜੀਸ਼ਨ ਇਹ ਹੈਗੀ ਕਿ ਅਗਰ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਥੋੜ੍ਹੀ ਮਜ਼ਬੂਤ ਹੁੰਦੀ ਜਾਂ ਐਜ ਸੋ ਐਂਡ ਸੋ ਵੀ ਹੁੰਦੀ ਤਾਂ ਅਸੀਂ ਇਹ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਆਉਣ ਦਿੰਦੇ, ਕਿਉਂਕਿ ਜਿਹੜੇ ਓਲਡ ਏਰੀਅਰ ਹੈ, ਪੁਰਾਣੀ ਬਕਾਇਆ ਰਕਮ ਖੜੀ ਹੈ, ਉਹਦੇ ਪਰ ਉਨੀ ਪੈਨਲਟੀ ਪੈ ਪੈ ਕੇ ਰਕਮ ਉੱਥੇ ਪਹੁੰਚ ਜਾਂਦੀ। ਉਮੀਦ ਹੈ ਜੀ ਕੋਈ ਤੁਹਾਡੇ ਕੋਲ ਇਨਕਮ ਜਿਹੜੀ ਹੈਗੀ ਆਉਣ ਦੀ, ਜਿਹਦੇ ਨਾਲ ਬਿਜਲੀ ਦਾ ਬਿੱਲ ਭਰਾਇਆ ਜਾ ਸਕੇ? ਉਮੀਦ ਤਾਂ ਮੈਨੂੰ ਇਹ ਕਿ ਅਗਰ ਪਿਛਲੇ 2 ਸਾਲ ਤੋਂ ਤਾਂ ਕਰੋਨਾ ਨੇ ਨਹੀਂ ਪਬਲਿਕ ਉੱਠਣ ਦਿੱਤੀ ਹੈ, ਕਿਉਂਕਿ ਮੇਰਾ ਅਜੇ ਪੰਜਾਬ ਪੁਲਿਸ ਵੱਲ ਗਵਰਨਮੈਂਟ ਡਿਪਾਰਟਮੈਂਟਾਂ ਵਾਲੇ 1 ਕਰੋੜ ਤੋਂ ਉੱਪਰ ਪ੍ਰੋਪਰਟੀ ਟੈਕਸ ਲੈਣਾ ਖੜਾ ਹੈ। ਅਗਰ ਮੈਨੂੰ ਪੰਜਾਬ ਪੁਲਿਸ ਡਿਪਾਰਟਮੈਂਟ ਤੋਂ ਹੀ ਪ੍ਰੋਪਰਟੀ ਟੈਕਸ ਮੇਰਾ 1 ਕਰੋੜ ਤੋਂ ਲੈ ਕੇ 1.25 ਕਰੋੜ ਦੇ ਵਿੱਚ ਖੜਾ ਹੈ, ਇਹੀ ਜਿਹੀ ਅਮਾਊਂਟ ਮੇਰੇ ਕੋਲ ਆ ਜਾਂਦੀ ਹੈ ਤਾਂ ਮੈਂ ਕਿਉਂ ਨਾ ਪੇ ਕਰਾਂ ਜੀ? ਨਗਰ ਕੌਂਸਲ ਦੀਆਂ ਆਪਣੀਆਂ ਪਾਣੀ ਸੀਵਰੇਜ ਦਾ ਬਕਾਇਆ ਬਹੁਤ ਖੜਾ ਜੀ,
दो लैके 3 करोड़ के लोगों का बकाया खड़ा है, क्योंकि आप शहर वासियों ने मेरी पुरजोर अपील है कि जेकर आप कोई फैसिलिटी अवेल करनी टाइमली आप चाहते हैं तो अपन अदायगी भी संपर्क की है तो नगर कौंसल को दिक्कत ना हो। अपने कौंसलर है अशोक भाई कहते फजूल खर्चे जोड़े है नगर कौंसल उन्होंने करके जो बिल लगातार आ रहे थे पुरानी लापरवाही वरती गई सानू तो मेरे कौंसलर साहबान ज मेरा कोई शहर वासी भी अगर नगर कौंसल के कोई फजूल खर्चे मैं दस दे तो असी इमीडिएट उन्होंने मैं क्लोज कर दूंगा, क्योंकि मैं जदों का आया कि वाले तक मैंने लगता कि मेरे टेबल के उत्ते भी कोई चीज़ लगती है कि मैं तो इमीडिएट भी उन्होंने अपने आप को फजूल समझता भी इनू आपको नहीं करना चाहिए। अगर किसी शहर वासी कौंसलर साहबान फजूल लगती है तो असं बंद कर देंगे। दूजे पासे कांग्रेसी कौंसलर अशोक बाही ने इस मुद्दे ते बोलदिया कहा कि नगर कौंसल दे फजूल खर्चिया दे कारण इन्ना वड्डा बकाया खड़ा होया है। उन्हां डिप्टी कमिश्नर नूं अपील कीती कि खुद मामले दी जांच करके नगर कौंसल दे फजूल खर्चिया नूं घटाया जावे। जिहड़ा हैगा कनेक्शन कट्टेगा बिजली दा, क्योंकि इन्हां ने 4 तों 4.5 करोड़ रुपया जिहड़ा बिजली का बिल नहीं अदा किया तो एक पास सफाई सेवक जो हड़ताल से बैठे शहर च गंदगी है तो हुण अंधेरा भी छाउण वाला शहर च किवें देखदे हो? ऐसा है भी ये जी बिजली की बिल की समस्या है जो मैं पिछली बार भी MCC जो भी मैं यही पिटता सी भाई मिसमैनेजमेंट है सिर्फ ठेकेदार बिलों की पेमेंट करते हैं क्योंकि उस 4 पैसे बनते हैं बिजली का बिल जो जमा कराएंगे तो इन्हों क्या बनूगा मैं दसो तो सही। इस करके ये मिसमैनेजमेंट है कार्य साधक अफसर वालों भी और जोड़े असी चुने हुए MC जाने हैं क्योंकि जो पिछली बार परमजीत सिंह मैं उन्होंने भी बार बार कहना सी भी भरावा तुम ये काम ना करो कमेटी बहुत करजई होजूगी कुछ उदे समय से ये करजईपन चल रहा है कुछ जोड़ा हूँ 1 साल गुजरिया ये दरम्यान भी कोई बिल बुल जमा नहीं होए और मैं समझता भी ये बहुत मिसमैनेजमेंट है और जब तक ये पर गौर नहीं किया जाएगा ये होर वधदा चला जाएगा। और लेकिन दुख किस गल का है भाई गरीबों तो तुम 100 गज का पानी लै रहे हो उस तो भी पानी का बिल लै रहे हो जिन्हों नीले कार्ड ने उस तो भी लै रहे हो जिन्हों सरकार अमरिंदर सिंह 500 रुपये महीना बुढ़ापा पेनशन दे रहा वो पेनशन भी तुम खा जाने हो तो वह बेचारे के पल भी कुछ नहीं रहा करजा थोड़ा वधी जाता बेड़ा गर्क किया। भाई साहब मीटिंग के लखा रुपए के फंड जोड़े है विकास कार्यों वास्ते पास किए जाते हैं तो दूजे पास बिजली के बिल नहीं भरे जाते नगर कौंसल को पैसा नहीं है फिर विकास कार्य वास्ते जो पैसे वो कितों आ रहे हैं? वो जो 2 गल्लां ने कुछ रुपया ना सरकार वालों आंदा कम्मां वास्ते वो तो रुपया उत्थे ही खर्च होना लेकिन जिहड़ा बिजली का बिल देना है म्युनसिपल कमेटी ने अपने फंड दे विच देना है। और मैं थोनू इस बारी मीटिंग दे विच भी यही गल कही सी भई ये बेहताशा बेमतलब के मते पास हो रहे हैं क्योंकि पैसा नगर कौंसल को है नहीं। इस मीटिंग से भी सानू इस EO ने बिल्कुल नहीं दिखाया भी साढ़े को कैश इन हैंड की है साढ़े को पैसा की है ये पहले ही 2-2, 4-4, 5-5 करोड़ के बिल पास करा के रख लेंगे मते पास करा के रख लेंगे वह फिर मिसयूज हों जदों वो काम होंगे तो ठेकेदारों पेमेंट होएगी ठेकेदारों पेमेंट होगी तो कंसर्न अफसरों 4 पैसे बनेंगे। इसी वजह करके ये दिन ब दिन लोगों की जी खून पसीने की कमाई है वो बिजली बोर्ड वल ब्याज वल जाएगी 5 करोड़ का 5 लाख रुपया नहीं तो 2-4 लाख रुपया महीने का ब्याज बनता इन्हों बिल्कुल कोई चिंता नहीं है किसी गल की। और मैं DC साहबान भी बेनती करता और हायर अथॉरिटी भी बेनती करता भी ये गो थ्रू जाके कुछ समय ले इस कमेटी दे जिहड़े फजूल खर्चे ने वो बंद किए जाण और बिजली का बिल दिता जाए। दस दी कि नगर कौंसल रूपनगर वालों शहर दे विच करोड़ा रुपए दे हालांकि विकास कार्य तां शुरू करवाए हुए ने पर नगर कौंसल दे कोल खुद का खर्च चलाउण लई पैसे नहीं जिस करके नगर कौंसल का लगभग 5 करोड़ रुपए बिजली का बिल बकाया खड़ा होने करके बिजली कनेक्शन कटिया गया है। हुण देखना होगा कि लोगों नूं सहूलत देण वाली नगर कौंसल कित्थों अपने दफ्तर दा हनेरा दूर करन दे लई बिजली दा बिल देण लई करोड़ा रुपए इकट्ठे करेगी। रूपनगर तों सज्जन सिंह सैनी, पंजाबी लोक चैनल।